ਅਸੀਂ ਚੋਰੀ ਦੇ ਮੋਟਰਸਾਈਕਲ 6 ਮਤਲਬ ਬਰਾਮਦ ਕਰੇ ਨੇ। ਇਹਦੇ ਵਿੱਚ ਮੇਨ ਹੈਗਾ ਬਿੰਦੂ ਮੁੰਡਾ, ਮਿੰਦਰੇ ਇਲੀਅਸ ਬਿੰਦੂ ਪਿੰਡ ਨੱਥਾ ਨੰਗਾ। ਇੱਕ ਇਹਦਾ ਸਾਥੀ ਸੀ ਅਜੇ ਕੁਮਾਰ ਪੁੰਨੇਵਾਲ ਦਾ। ਇਹ ਮਤਲਬ ਚੋਰੀ ਦੇ ਮੋਟਰਸਾਈਕਲ ਲੈ ਕੇ ਆ ਰਹੇ ਸੀ, ਰਸਤੇ 'ਚ ਵੈਰੀਫਿਕੇਸ਼ਨ ਕੀਤੀ, ਪੜਤਾਲ ਕੀਤੀ, ਦੋ ਹੀ ਮੋਟਰਸਾਈਕਲ ਚੋਰੀ ਦੇ ਸਾਬਤ ਹੋਏ। ਫਿਰ ਇਹਨਾਂ ਤੋਂ ਅੱਗੇ ਬਰਾਮਦ ਹੋਏ ਇੱਕ ਸੰਦੀਪ ਭਗੌੜਾ, ਇਹ 'ਚ ਸਾਡਾ ਮੁੱਖ ਦੋਸ਼ੀ ਹੋਈ, ਉਹ ਵੀ ਅੱਗੇ ਸਾਡੀ ਤਫਤੀਸ਼ ਚੱਲਦੀ ਹੈ। ਇਹ ਹੁਣ ਪੁਲਿਸ ਰਿਮਾਂਡ ਤੇ ਆ, ਅਦਾਲਤ ਚ ਪੇਸ਼ ਕਰਦੇ ਸੀ। ਇਹਨਾਂ ਕੋਲ ਹੋਰ ਵੀ ਕੋਈ ਮੁਕੱਦਮੇ ਚੱਲਦੇ ਆ? ਨਹੀਂ, ਇਹਦੇ ਬਿੰਦੂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ, ਅਜੇ ਤੇ ਹੈਗਾ, ਤੇ ਸੰਦੀਪ ਤੇ ਵੀ ਹੈਗਾ ਜੀ, ਇਹਦੇ ਸਾਥੀਆਂ ਤੇ। ਇਹਨਾਂ ਦੇ ਹੋਰ ਵੀ ਉਮੀਦ ਹੈ ਕਿ ਉਮੀਦ ਆ ਜੀ ਸਾਨੂੰ, ਅਸੀਂ ਹੋਰ ਵੀ ਮੋਟਰਸਾਈਕਲ ਚੋਰੀ ਦੇ ਬਰਾਮਦ ਕਰਾ ਸਕਦੇ ਹਾਂ। ਇਹਨੇ ਆਪਦੇ ਸਾਡੇ ਦੌਰਾਨੇ ਪੁੱਛ ਕਿਸੇ ਮੰਨਿਆ ਵੀ ਮੈਂ 14-15 ਮੋਟਰਸਾਈਕਲ ਚੋਰੀ ਕੀਤੇ ਨੇ। ਇਹ ਚੋਰੀ ਕਰਕੇ ਅੱਗੇ 3,000 ਚ 4,000 ਚ ਵੇਚ ਦਿੰਦਾ ਸੀ। ਸੰਦੀਪ ਗਿਆ, ਸੰਦੀਪ ਅਜੇ ਇਹਦੇ ਸਾਥੀ ਸੀ, ਅੱਗੇ ਇਹ ਸੇਲ ਕਰ ਦਿੰਦੇ ਸੀ। ਕੁਛ ਇਹਦੇ ਵਿੱਚ ਕਬਾੜੀਏ ਵੀ ਆਉਣ ਦੀ ਉਮੀਦ ਆ ਸਾਨੂੰ, ਇਹ ਤਫਤੀਸ਼ ਚੱਲਦੀ ਆ। ਅਸੀਂ ਚੋਰੀ ਦੇ ਮੋਟਰਸਾਈਕਲ 6 ਮਤਲਬ ਬਰਾਮਦ ਕਰੇ ਨੇ। ਇਹਦੇ ਵਿੱਚ ਮੇਨ ਹੈਗਾ ਬਿੰਦੂ ਮੁੰਡਾ, ਮਿੰਦਰੇ ਇਲੀਅਸ ਬਿੰਦੂ ਪਿੰਡ ਨੱਥਾ ਨੰਗਾ। ਇੱਕ ਇਹਦਾ ਸਾਥੀ ਸੀ ਅਜੇ ਕੁਮਾਰ ਪੁੰਨੇਵਾਲ ਦਾ। ਇਹ ਮਤਲਬ ਚੋਰੀ ਦੇ ਮੋਟਰਸਾਈਕਲ ਲੈ ਕੇ ਆ ਰਹੇ ਸੀ, ਰਸਤੇ 'ਚ ਵੈਰੀਫਿਕੇਸ਼ਨ ਕੀਤੀ, ਪੜਤਾਲ ਕੀਤੀ, ਦੋ ਹੀ ਮੋਟਰਸਾਈਕਲ ਚੋਰੀ ਦੇ ਸਾਬਤ ਹੋਏ। ਫਿਰ ਇਹਨਾਂ ਤੋਂ ਅੱਗੇ ਬਰਾਮਦ ਹੋਏ ਇੱਕ ਸੰਦੀਪ ਭਗੌੜਾ, ਇਹ 'ਚ ਸਾਡਾ ਮੁੱਖ ਦੋਸ਼ੀ ਹੋਈ, ਉਹ ਵੀ ਅੱਗੇ ਸਾਡੀ ਤਫਤੀਸ਼ ਚੱਲਦੀ ਹੈ। ਇਹ ਹੁਣ ਪੁਲਿਸ ਰਿਮਾਂਡ ਤੇ ਆ, ਅਦਾਲਤ ਚ ਪੇਸ਼ ਕਰਦੇ ਸੀ। ਇਹਨਾਂ ਕੋਲ ਹੋਰ ਵੀ ਕੋਈ ਮੁਕੱਦਮੇ ਚੱਲਦੇ ਆ? ਨਹੀਂ, ਇਹਦੇ ਬਿੰਦੂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ, ਅਜੇ ਤੇ ਹੈਗਾ, ਤੇ ਸੰਦੀਪ ਤੇ ਵੀ ਹੈਗਾ ਜੀ, ਇਹਦੇ ਸਾਥੀਆਂ ਤੇ। ਇਹਨਾਂ ਦੇ ਹੋਰ ਵੀ ਉਮੀਦ ਹੈ ਕਿ ਉਮੀਦ ਆ ਜੀ ਸਾਨੂੰ, ਅਸੀਂ ਹੋਰ ਵੀ ਮੋਟਰਸਾਈਕਲ ਚੋਰੀ ਦੇ ਬਰਾਮਦ ਕਰਾ ਸਕਦੇ ਹਾਂ। ਇਹਨੇ ਆਪਦੇ ਸਾਡੇ ਦੌਰਾਨੇ ਪੁੱਛ ਕਿਸੇ ਮੰਨਿਆ ਵੀ ਮੈਂ 14-15 ਮੋਟਰਸਾਈਕਲ ਚੋਰੀ ਕੀਤੇ ਨੇ। ਇਹ ਚੋਰੀ ਕਰਕੇ ਅੱਗੇ 3,000 ਚ 4,000 ਚ ਵੇਚ ਦਿੰਦਾ ਸੀ। ਸੰਦੀਪ ਗਿਆ, ਸੰਦੀਪ ਅਜੇ ਇਹਦੇ ਸਾਥੀ ਸੀ, ਅੱਗੇ ਇਹ ਸੇਲ ਕਰ ਦਿੰਦੇ ਸੀ। ਕੁਛ ਇਹਦੇ ਵਿੱਚ ਕਬਾੜੀਏ ਵੀ ਆਉਣ ਦੀ ਉਮੀਦ ਆ ਸਾਨੂੰ, ਇਹ ਤਫਤੀਸ਼ ਚੱਲਦੀ ਆ। ਅਸੀਂ ਚੋਰੀ ਦੇ ਮੋਟਰਸਾਈਕਲ 6 ਮਤਲਬ ਬਰਾਮਦ ਕਰੇ ਨੇ। ਇਹਦੇ ਵਿੱਚ ਮੇਨ ਹੈਗਾ ਬਿੰਦੂ ਮੁੰਡਾ, ਮਿੰਦਰੇ ਇਲੀਅਸ ਬਿੰਦੂ ਪਿੰਡ ਨੱਥਾ ਨੰਗਾ। ਇੱਕ ਇਹਦਾ ਸਾਥੀ ਸੀ ਅਜੇ ਕੁਮਾਰ ਪੁੰਨੇਵਾਲ ਦਾ। ਇਹ ਮਤਲਬ ਚੋਰੀ ਦੇ ਮੋਟਰਸਾਈਕਲ ਲੈ ਕੇ ਆ ਰਹੇ ਸੀ, ਰਸਤੇ 'ਚ ਵੈਰੀਫਿਕੇਸ਼ਨ ਕੀਤੀ, ਪੜਤਾਲ ਕੀਤੀ, ਦੋ ਹੀ ਮੋਟਰਸਾਈਕਲ ਚੋਰੀ ਦੇ ਸਾਬਤ ਹੋਏ। ਫਿਰ ਇਹਨਾਂ ਤੋਂ ਅੱਗੇ ਬਰਾਮਦ ਹੋਏ ਇੱਕ ਸੰਦੀਪ ਭਗੌੜਾ, ਇਹ 'ਚ ਸਾਡਾ ਮੁੱਖ ਦੋਸ਼ੀ ਹੋਈ, ਉਹ ਵੀ ਅੱਗੇ ਸਾਡੀ ਤਫਤੀਸ਼ ਚੱਲਦੀ ਹੈ। ਇਹ ਹੁਣ ਪੁਲਿਸ ਰਿਮਾਂਡ ਤੇ ਆ, ਅਦਾਲਤ ਚ ਪੇਸ਼ ਕਰਦੇ ਸੀ। ਇਹਨਾਂ ਕੋਲ ਹੋਰ ਵੀ ਕੋਈ ਮੁਕੱਦਮੇ ਚੱਲਦੇ ਆ? ਨਹੀਂ, ਇਹਦੇ ਬਿੰਦੂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ, ਅਜੇ ਤੇ ਹੈਗਾ, ਤੇ ਸੰਦੀਪ ਤੇ ਵੀ ਹੈਗਾ ਜੀ, ਇਹਦੇ ਸਾਥੀਆਂ ਤੇ। ਇਹਨਾਂ ਦੇ ਹੋਰ ਵੀ ਉਮੀਦ ਹੈ ਕਿ ਉਮੀਦ ਆ ਜੀ ਸਾਨੂੰ, ਅਸੀਂ ਹੋਰ ਵੀ ਮੋਟਰਸਾਈਕਲ ਚੋਰੀ ਦੇ ਬਰਾਮਦ ਕਰਾ ਸਕਦੇ ਹਾਂ। ਇਹਨੇ ਆਪਦੇ ਸਾਡੇ ਦੌਰਾਨੇ ਪੁੱਛ ਕਿਸੇ ਮੰਨਿਆ ਵੀ ਮੈਂ 14-15 ਮੋਟਰਸਾਈਕਲ ਚੋਰੀ ਕੀਤੇ ਨੇ। ਇਹ ਚੋਰੀ ਕਰਕੇ ਅੱਗੇ 3,000 ਚ 4,000 ਚ ਵੇਚ ਦਿੰਦਾ ਸੀ। ਸੰਦੀਪ ਗਿਆ, ਸੰਦੀਪ ਅਜੇ ਇਹਦੇ ਸਾਥੀ ਸੀ, ਅੱਗੇ ਇਹ ਸੇਲ ਕਰ ਦਿੰਦੇ ਸੀ। ਕੁਛ ਇਹਦੇ ਵਿੱਚ ਕਬਾੜੀਏ ਵੀ ਆਉਣ ਦੀ ਉਮੀਦ ਆ ਸਾਨੂੰ, ਇਹ ਤਫਤੀਸ਼ ਚੱਲਦੀ ਆ।